ਗੱਲ ਜਦੋਂ ਆਸਟ੍ਰੇਲੀਆ ਦੀ ਹੁੰਦੀ ਹੈ ਤਾਂ ਇੱਕ ਵੱਡਾ ਸਵਾਲ ਇਹ ਹੁੰਦਾ ਹੈ ਕਿ ਜੇਕਰ ਰਿਫਿਊਜ਼ਲ ਹੋ ਗਈ ਤਾਂ ਬਾਕੀ ਕੰਟਰੀਜ਼ ਦੀ ਤਰ੍ਹਾਂ ਅਸੀਂ ਰੀਅਪਲਾਈ ਨਹੀਂ ਕਰ ਸਕਦੇ ਸੋ ਇਸੇ ਨੂੰ ਲੈ ਕੇ ਅੱਜ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿੰਨੀਆਂ ਕੋ ਆਪਸ਼ਨਸ ਹੈ ਜਾਂ ਨਹੀਂ ਹੈ ਅਗਰ ਹੈ ਤਾਂ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੇ ਜਿਹੜੇ ਆਫਟਰ ਰਿਫਿਊਜ਼ਲ ਆਸਟ੍ਰੇਲੀਆ ਰੀਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਆ ਅਤੇ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਫਰੰਟੇਰਾ ਇਮੀਗ੍ਰੇਸ਼ਨ ਸੋ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਕੀਰਤੀ ਜੈਨ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਕੀਰਤੀ ਸਤਿ ਸ਼੍ਰੀ ਅਕਾਲ ਜੀ ਸੋ ਕੀਰਤੀ ਅਕਸਰ ਆਪਾਂ ਜਦੋਂ ਗੱਲ ਕਰੀਏ ਬਾਕੀ ਕੰਟਰੀਜ਼ 'ਚ ਦੇਖੀਏ ਤਾਂ ਜਿਵੇਂ ਕੈਨੇਡਾ ਹੈ ਬਹੁਤ ਵਾਰੀ 4 ਵਾਰੀ 5 ਵਾਰੀ ਵੀ ਰਿਫਿਊਜ਼ਲ ਆ ਗਈ ਰੀਅਪਲਾਈ ਕਰ ਲੈਂਦੇ ਆ ਪਰ ਆਸਟ੍ਰੇਲੀਆ ਜਦੋਂ ਹੁੰਦਾ ਹੈ ਰੀਅਪਲਾਈ ਦੀ ਆਪਸ਼ਨਸ ਇੰਨੀਆਂ ਸੁਣਨ ਨੂੰ ਨਹੀਂ ਮਿਲਦੀਆਂ ਕੀ ਕੌਣ ਅਪਲਾਈ ਕਰ ਸਕਦਾ ਦੁਬਾਰਾ ਤੋਂ ਜਾਂ ਕਿੰਨੀਆਂ ਕੋ ਆਪਸ਼ਨਸ ਹੈ ਜਿੱਥੇ ਰੀਅਪਲਾਈ ਕੀਤਾ ਜਾ ਸਕਦਾ ਆਸਟ੍ਰੇਲੀਆ ਵਿੱਚ ਬੇਸਿਕਲੀ ਜਦੋਂ ਵੀ ਅਸੀਂ ਰੀਅਪਲਾਈ ਦੀ ਗੱਲ ਕਰਦੇ ਹਾਂ ਤਾਂ ਐਮਬੈਸੀ ਕਦੇ ਵੀ ਤੁਹਾਨੂੰ ਨਹੀਂ ਕਹਿੰਦੀ ਕਿ ਤੁਸੀਂ ਰੀਅਪਲਾਈ ਨਹੀਂ ਕਰ ਸਕਦੇ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਰੀਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਆਪਣੀ ਜਿਹੜੀ ਸਰਕਾਰੀ ਫੀਸ ਹੈ ਉਹ ਪੇ ਕਰਨੀ ਹੈ ਅਤੇ ਰੀਅਪਲਾਈ ਕਰੋ ਬਟ ਮਾਰਕੀਟ ਵਿੱਚ ਤਾਂ ਜਿਹੜਾ ਸਾਡਾ ਐਕਸਪੀਰੀਅੰਸ ਇਹ ਹੈ ਜਿਹੜੀ ਸਾਨੂੰ ਕੁਐਰੀਜ਼ ਆਉਂਦੀਆਂ ਮਾਰਕੀਟ ਵਿੱਚ ਕੋਈ ਵੀ ਆਸਟ੍ਰੇਲੀਆ ਰਿਫਿਊਜ਼ ਕੇਸ ਨਹੀਂ ਲੈਂਦਾ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਸੱਚ ਹੈ ਕਿ ਆਸਟ੍ਰੇਲੀਅਨ ਰਿਫਿਊਜ਼ ਜਿਹੜਾ ਸਟੂਡੈਂਟ ਹੈਗਾ ਉਹਦੇ ਵੀਜ਼ਾ ਆਉਣ ਦੇ ਚਾਂਸਿਸ ਉਨੇ ਹੀ ਘੱਟ ਹੋ ਜਾਂਦੇ ਹੈ ਬਟ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਏਜੰਟ ਤੋਂ ਫਾਈਲ ਲਵਾਈ ਹੈ ਐਕਸਪੀਰੀਅੰਸ ਕਿੰਨੇ ਨੇ ਮਾਰਕੀਟ ਵਿੱਚ ਅਤੇ ਕਿੱਦਾਂ ਦੀ ਪ੍ਰੋਫਾਈਲ ਉਹ ਡੀਲ ਕਰਦੇ ਨੇ ਕਿਉਂਕਿ ਜੇ ਅਸੀਂ ਆਪਣੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਹੀ ਮੈਂ ਇਹ ਗੱਲ ਕਹਿੰਦੀ ਹਾਂ ਕਿ ਅਸੀਂ ਐਕਸਪਰਟੀਜ਼ ਹੈ ਚੈਲੇਂਜਿੰਗ ਕੇਸਿਸ ਦੇ ਵਿੱਚ ਵੀਜ਼ਾ ਲੈਣ ਦੇ ਵਿੱਚ ਸੋ ਡੈਫੀਨੇਟਲੀ ਇੱਦਾਂ ਹੀ ਚੈਲੇਂਜਿੰਗ ਕੇਸ ਸਾਡੇ ਲਈ ਜਿਹੜਾ ਬੱਚਾ ਆਸਟ੍ਰੇਲੀਆ ਰਿਫਿਊਜ਼ਡ ਹੈ ਉਹ ਵੀ ਆ ਜਾਂਦਾ ਬਟ ਯੈਸ ਕੁਝ ਪਰਟੀਕੁਲਰ ਫੈਕਟਰਸ ਹੈ ਜਿਹਦੇ ਵਿੱਚ ਅਸੀਂ ਰੀਅਪਲਾਈ ਕੇਸ ਲੈਂਦੇ ਹਾਂ ਕਿਉਂਕਿ ਮੋਸਟਲੀ ਜਿਹੜੀ ਆਸਟ੍ਰੇਲੀਆ ਦੀ ਵਧੀਆ ਯੂਨੀਵਰਸਿਟੀਜ਼ ਹੈ ਉਹ ਰਿਫਿਊਜ਼ ਕਲਾਇੰਟ ਨੂੰ ਅੱਗੇ COE ਨਹੀਂ ਦਿੰਦੀ ਹੈ ਜਾਂ ਰੀਅਪਲਾਈ ਲਈ ਕੰਸੀਡਰ ਨਹੀਂ ਕਰਦੀ ਬਟ ਯੈਸ ਕੁਝ ਪਰਟੀਕੁਲਰ ਕਾਲਜ ਅਤੇ ਯੂਨੀਵਰਸਿਟੀਜ਼ ਹੈ ਜਿਹੜੀ ਰੀਅਪਲਾਈ ਲਈ ਲੈਂਦੀ ਹੈ ਬਟ ਯੈਸ ਉਹਨਾਂ ਦੇ ਕੁਝ ਫੈਕਟਰਸ ਨੇ ਜਿਹਦੇ ਜੋ ਆਪਾਂ ਨੂੰ ਧਿਆਨ ਰੱਖਣੇ ਪੈਂਦੇ ਆ ਉਹਦੇ ਬੇਸਿਸ ਤੇ ਹੀ ਆਪਾਂ ਯੂਨੀਵਰਸਿਟੀ ਵਿੱਚ ਅੱਗੇ ਪ੍ਰੋਸੀਡ ਕਰਕੇ ਆਪਾਂ ਰੀਅਪਲਾਈ ਕਰਦੇ ਹਾਂ ਇਹ ਬਹੁਤ ਘੱਟ ਯੂਨੀਵਰਸਿਟੀ ਦੇ ਵਿੱਚ ਹੈ ਕਿ ਜੇ ਤੁਸੀਂ ਇੱਕ ਯੂਨੀਵਰਸਿਟੀ ਤੋਂ ਰਿਫਿਊਜ਼ ਹੋਏ ਹੋ ਉਹ ਦੂਜੀ ਟਾਈਮ ਸੇਮ ਯੂਨੀਵਰਸਿਟੀ ਵਿੱਚ ਤੁਹਾਨੂੰ ਕਦੇ ਵੀ ਕੰਸੀਡਰ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਇੱਕ ਆਪਣਾ ਸਟੇਟਸ ਤੁਸੀਂ ਕਹਿ ਸਕਦੇ ਹੋ ਮੇਨਟੇਨ ਹੈ ਕਿ ਵਨ ਟਾਈਮ ਹੀ ਤੁਹਾਨੂੰ COE ਰਿਲੀਜ਼ ਕਰਦੇ ਹਾਂ ਅਤੇ ਕੇਸ ਪ੍ਰੋਸੀਡ ਕਰਦੇ ਹਾਂ ਬਟ ਜੇ ਤੁਹਾਡਾ ਰਿਫਿਊਜ਼ਲ ਆਉਂਦਾ ਹੈ ਤਾਂ ਉਹ ਤੁਹਾਨੂੰ ਦੁਬਾਰਾ ਇਨਫੈਕਟ ਜੇ ਤੁਸੀਂ ਟਿਊਸ਼ਨ ਫੀਸ ਪੇ ਕੀਤੀ ਹੈ ਆਪਣੀ GT ਕਲੀਅਰ ਕੀਤੀ ਅਤੇ ਦੁਬਾਰਾ ਤੋਂ ਹੀ ਸਾਰਾ ਪ੍ਰੋਸੈਸ ਹੋਊਗਾ ਅਤੇ ਹੋ ਸਕਦਾ ਕਿ ਦੂਜੀ ਵਾਰੀ ਉਹ ਤੁਹਾਡੀ GT ਨਾ ਵੀ ਕਲੀਅਰ ਕਰਨ ਬਟ ਯੈਸ ਅਸੀਂ ਇਸ ਇਹਨਾਂ ਚੀਜ਼ਾਂ ਵਿੱਚ ਐਕਸਪਰਟੀਜ਼ ਹੁੰਦੇ ਹੋਏ ਡੈਫੀਨੇਟਲੀ ਅਸੀਂ ਰਿਫਿਊਜ਼ਲ ਜਿਹੜੇ ਕੇਸਿਸ ਹੈ ਉਹ ਪਿੱਕ ਕਰਦੇ ਹਾਂ ਅਤੇ ਨਾਲੇ ਵੀਜ਼ਾ ਵੀ ਲੈਂਦੇ ਹਾਂ ਬਟ ਯੈਸ ਉਹਨਾਂ 'ਤੇ ਬਹੁਤ ਸਾਰੀ ਚੀਜ਼ਾਂ ਮੈਟਰ ਕਰਦੀ ਹੈ ਫਸਟ ਆਫ ਆਲ ਜਿਹੜੀ ਚੀਜ਼ ਮੈਟਰ ਕਰਦੀ ਹੈ ਤੁਹਾਡੇ ਟਾਈਅਪਸ ਕਿ ਤੁਹਾਡੇ ਜਿਹੜੇ ਟਾਈਅਪਸ ਹੈ ਯੂਨੀਵਰਸਿਟੀ ਕਾਲਜ ਦੇ ਨਾਲ ਉਹ ਕਿੱਦਾਂ ਦੀ ਯੂਨੀਵਰਸਿਟੀ ਵਿੱਚ ਹੈ ਉਹ ਰੀਅਪਲਾਈ ਜਾਂ ਰਿਫਿਊਜ਼ ਕੇਸ ਜਿਹੜਾ ਉਹ ਲੈਂਦੀ ਹੈ ਕਿ ਨਹੀਂ ਲੈਂਦੇ ਇਸ ਤੋਂ ਬਾਅਦ ਅਸੀਂ ਸਿਰਫ ਐਡਮਿਸ਼ਨ ਪੁਆਇੰਟ ਆਫ ਵਿਊ ਹੀ ਨਹੀਂ ਵੇਖਣਾ ਚਲੋ ਉਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਕਿ ਅਸੀਂ ਆਫਰ ਲੈਟਰ ਲੈਣੀ ਹੈ ਕਿ ਨਹੀਂ ਰੀਅਪਲਾਈ ਕੇ ਬਟ ਉਹਦੇ ਬਾਅਦ ਜਿਹੜੀ GT ਅਸੀਂ ਕਲੀਅਰ ਕਰਾਉਣੀ ਹੈ ਜਾਂ ਕਿਹੜੇ ਫੈਕਟਰਸ ਅਸੀਂ ਧਿਆਨ ਦੇ ਵਿੱਚ ਰੱਖ ਕੇ ਉਹ ਚੈਲੇਂਜਿੰਗ ਕੇਸ ਜਿਹੜਾ ਅਸੀਂ ਐਕਸੈਪਟ ਕੀਤਾ ਉਹਦੇ 'ਤੇ ਵੀਜ਼ਾ ਲੈਣਾ ਡੈਫੀਨੇਟਲੀ ਉੱਥੇ ਕੋਰਸ ਦਾ ਮੈਟਰ ਕਰਦਾ ਹੀ ਕਰਦਾ ਕਿਉਂਕਿ ਹੋ ਸਕਦਾ ਜਿਹੜੀ ਯੂਨੀਵਰਸਿਟੀ ਤੁਸੀਂ ਪਹਿਲਾਂ ਅਪਲਾਈ ਕੀਤੀ ਹੈ ਉਹਦੇ ਵਿੱਚ ਤੁਹਾਨੂੰ ਸੇਮ ਕੋਰਸ ਨਾ ਮਿਲੇ ਬਟ ਉਹਦੇ ਨਾਲ ਨਾਲ ਅਸੀਂ ਬੱਚੇ ਦੀ ਪ੍ਰੀਵੀਅਸ ਸਟੱਡੀਜ਼ ਕੀ ਹੈ ਨਾਲ ਵਾਲੀ ਸਟੱਡੀ ਕੀ ਹੈ ਉਹ ਰੈਲੀਵੈਂਸੀ ਵੀ ਵੇਖਣੀ ਹੈ ਫਿਰ ਉਹਨਾਂ ਦੀ ਦੁਬਾਰਾ ਤੋਂ ਕਿਉਂਕਿ ਹਰ ਯੂਨੀਵਰਸਿਟੀ ਦੀ ਫੀਸ ਵੇਰੀ ਕਰਦੀ ਹੈ ਡਿਪੈਂਡ ਕਰਦਾ ਕਿ ਉਹ ਕਿਹੜੀ ਪ੍ਰੋਵਿੰਸ ਵਿੱਚ ਜਾ ਰਿਹਾ ਅਤੇ ਲਿਵਿੰਗ ਐਕਸਪੈਂਸ ਵੀ ਆਪਣੇ ਵੇਰੀ ਕਰ ਜਾਂਦੇ ਹੈ ਅਤੇ ਸਾਰੀ ਚੀਜ਼ਾਂ ਨੂੰ ਧਿਆਨ ਨੂੰ ਰੱਖਦੇ ਹੋਏ ਅਸੀਂ ਰੀਅਪਲਾਈ ਕੇਸ ਕਰਦੇ ਹਾਂ ਇਨਫੈਕਟ ਅਸੀਂ ਇਹ ਵੀ ਕਰਦੇ ਹਾਂ ਕਿ ਜਿਹੜਾ ਬੱਚਾ ਰਿਫਿਊਜ਼ ਹੋ ਕੇ ਸਾਡੇ ਕੋਲ ਆਇਆ ਬਹੁਤ ਲੋਕ ਤਾਂ ਯੂਨੀਵਰਸਿਟੀ ਦਿਲਾ ਹੀ ਨਹੀਂ ਪਾਉਂਦੇ ਬਟ ਅਸੀਂ ਯੂਨੀਵਰਸਿਟੀ ਦੇ ਨਾਲ ਨਾਲ ਸਕੋਲਰਸ਼ਿਪ ਵੀ ਉਹਨਾਂ ਨੂੰ ਅਵੇਲ ਕਰਾਉਂਦੇ ਹਾਂ ਸਾਡੇ ਕੋਲ ਨੋ ਡਾਊਟ ਯੂਨੀਵਰਸਿਟੀ ਬਜਟ ਦੇ ਵਿੱਚ ਵੀ ਹੈਗੀ ਆ ਬਟ ਜੇ ਕਿਸੇ ਦਾ ਬਜਟ ਦਾ ਇਸ਼ੂ ਨਹੀਂ ਹੈ ਤਾਂ ਹਾਇਰ ਜਿਹੜੀ ਫੀਸ ਵਾਲੀ ਯੂਨੀਵਰਸਿਟੀ ਉਹ ਵੀ ਅਵੇਲੇਬਲ ਨੇ ਅਤੇ ਸਾਡੇ ਕੋਲ ਯੂਨੀਵਰਸਿਟੀ ਹੈ ਜਿਹੜੀ ਰਿਫਿਊਜ਼ ਕੇਸ ਵੀ ਪਿੱਕ ਕਰਦੀਆਂ ਅਤੇ ਨਾਲੇ $10,000 ਤੱਕ ਦੀ ਸਕੋਲਰਸ਼ਿਪ ਵੀ ਪ੍ਰੋਵਾਈਡ ਕਰਦੀ ਹੈ ਇਹ ਕਿਤੇ ਨਾ ਕਿਤੇ ਤੁਹਾਡੇ ਐਕਸਪੀਰੀਅੰਸ ਦੇ ਨਾਲ ਹੀ ਚੀਜ਼ਾਂ ਆਉਂਦੀਆਂ ਤੁਸੀਂ ਕਿੱਦਾਂ ਦੇ ਕੇਸ ਫੇਸ ਕਰ ਚੁੱਕੇ ਹੋ ਅਤੇ ਕਿੱਦਾਂ ਦੇ ਵੀਜ਼ਾ ਤੁਸੀਂ ਚੈਲੇਂਜਿੰਗ ਪ੍ਰੋਫਾਈਲ 'ਤੇ ਲਿੱਤੇ ਹੈ ਸੋ ਡੈਫੀਨੇਟਲੀ ਜੇ ਆਪਾਂ ਇਹਨਾਂ ਛੋਟੀ ਛੋਟੀਆਂ ਚੀਜ਼ ਦਾ ਧਿਆਨ ਰੱਖਦੇ ਹਾਂ ਤਾਂ ਇਹਦੇ ਵੀ ਤੁਸੀਂ ਰਿਲਾਈਜ਼ ਕੀਤਾ ਹੋਣਾ ਸਭ ਤੋਂ ਵੱਡੀ ਗੱਲ ਆਈ ਹੈ ਕਿ ਤੁਸੀਂ ਫਾਈਲ ਕਿਹਨਾਂ ਦੇ ਹੱਥ ਵਿੱਚ ਦੇ ਰਹੇ ਹੋ ਜੇ ਤੁਸੀਂ ਫਾਈਲ ਆਪਣੀ ਵਧੀਆ ਹੱਥਾਂ ਵਿੱਚ ਦੇ ਰਹੇ ਹੋ ਸੋ ਡੈਫੀਨੇਟਲੀ ਜੇ ਤੁਸੀਂ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਹੋ ਕੋਈ ਵੱਡੀ ਗੱਲ ਨਹੀਂ ਹੈ ਆਰਾਮ ਨਾਲ ਸੈਕਿੰਡ ਟਾਈਮ ਆਪਣਾ ਵੀਜ਼ਾ ਲੈ ਸਕਦੇ ਜੀ ਬਿਲਕੁਲ ਸੋ ਬਹੁਤ ਚੰਗੀ ਤੁਸੀਂ ਗੱਲ ਕਹੀ ਹੈ ਕਿ ਆਫਟਰ ਰਿਫਿਊਜ਼ਲ ਆਸਟ੍ਰੇਲੀਆ ਤੋਂ ਤਾਂ ਤੁਸੀਂ ਰੀਅਪਲਾਈ ਵੀ ਕਰ ਸਕਦੇ ਹੋ ਅਤੇ ਤੁਹਾਨੂੰ ਸਕੋਲਰਸ਼ਿਪ ਵੀ ਮਿਲ ਸਕਦੀ ਹੈ ਤਾਂ ਮੈਂ ਥੋੜ੍ਹਾ ਜਿਹਾ ਪ੍ਰੋਫਾਈਲਸ
बारे जानना चाहूंगी क्योंकि हर एक प्रोफाइल तो रीअप्लाई नहीं कर सकती होगी। सो किस तरीके दी चुनिंदा प्रोफाइल्स ने जिन्होंने तुसी कहने हो कि वाकई रीअप्लाई करन ते वीजा ले सकते हैं? बिल्कुल, जे असीं इत्थे रीअप्लाई प्रोफाइल की गल करते हैं, डेफिनेटली स्टूडेंट 22 पास आउट होन, मिनिमम 60% मार्क्स रखता हो, एक अद्धे सब्जेक्ट विच 55% है, कोई दिक्कत नहीं, आराम नाल चल सकते हैं। बैंड की गल करते हैं, ओवरऑल 6 बैंड नो, एक मॉड्यूल 5.5 है, कोई गल नहीं है। पीटी स्कोर 53-54 लिता हुआ है, तो भी तुसी रीअप्लाई कर सकते हो, क्योंकि रीअप्लाई एकेडमिक्स से तो आता ही है, बट जब अपने रिफ्यूजल लग जाती है तो साड़ी प्रोफाइल एक लेवल डाउन हो जाती है, तो यूनिवर्सिटी ने थोड़ा कन्विंस करना औखा हो जाता है। बट यस, अगेन जिदा आप कहें कि साढ़े टाइप्स ने बहुत चीज़ा वर्कआउट कर दी है। इस तो अलावा तो फाइनेंशियल बैकग्राउंड किदा दा है, तुसी किदा अपनी फाइल रिप्रेजेंट पहला की थी, क्योंकि ऑस्ट्रेलियन एम्बेसी विच सारी डिटेल गई हुई है तो असं उन्होंने इग्नोर नहीं कर सकते। तो आप की कर सकते हैं, तुहाडी जिहड़ी जीटी जाती है जेन्युइन टैंपरेरी एंट्रेंट, एक तुहाडी यूनिवर्सिटी लई जाती है, दूजी तुहाडे एम्बेसी लई जाती है। सो ऑफकोर्स जिहड़ी तुहाडी प्रीवियस सारी हिस्ट्री है उहदे विच अमेंडमेंट्स करके इंप्रूवमेंट करके डेफिनेटली वीजा लै सकते हैं। इस तो अलावा जिहड़ी ग्रैजुएशन प्रोफाइल है, एक्सपीरियंस जिन्ना मर्जी होन, गैप की आप गल करते, 5 साल का गैप, 8 साल का गैप है, बट जेन्युइन जस्टिफिकेशन दे सकते हो, तो भी असि रीअप्लाई केस लैके वीजा दिलाने की जिहड़ी अपनी जिम्मेवारी है पूरी कर सकते। जी बिल्कुल। सो तुहाडा अपना जे कोई सवाल होवे, जेकर इनकेस तुसी रिफ्यूज़ हो चुके ऑस्ट्रेलिया तो की तुसी भी रीअप्लाई कर सकते हो कि नहीं, ते तुहानू हल तक कोई क्लैरिटी नहीं हो रही, तो इस नंबर से भी तुसी कॉल करके और जानकारी लै सकते हो। कमेंट सैक्शन में भी अपने सवाल जो है ड्रॉप कर सकते हो। छोटा जा मैं अपडेट चाहूँगी जुलाई इनटेक नू लैके कितना समा होर बचा, ताकि स्टूडेंट्स अगर हले भी अप्लाई करने बारे सोच रहे हैं टाइमली अप्लाई कर लैन। बिल्कुल, जे असीं टाइम की गल करते हैं तो पहली गल तो मेरी सजेशन आई है, जे तुसीं बाहर जाने का सोच रहे हो ऑस्ट्रेलिया अप्लाई करना है तो नाले जुलाई इनटेक मिस नहीं करना चाहते, मैक्सिमम टू मैक्सिमम 10-15 वर्किंग डेज विच तुसीं अप्लाई करो। रीजन बिंग ऑफर लैटर आने में भी टाइम लगना है, जीटी की डॉक्यूमेंटेशन दे विच टाइम लगता है, तो मैक्सिमम तुसीं 10-15 दिन लै सकते हो। तो इतने मैं एक गल होर ऐड करनी चाहवागी कि जिवें साढ़े कोल क्वेरीज आती है, जो भी बच्चा ऑस्ट्रेलिया का ड्रीम रखता है जाता या ऑस्ट्रेलिया के रिगार्डिंग सानू क्वेरी करता है, तो वह इतने कितने ना कि घबरा जाता है कि यार जीटी विच ही 2-3 महीने निकल जाते हैं, फिर मेरा इनटेक भी मिस हो सकता है, नाले मैं हूँ भी 22 पास आउट, आगे कॉम्पीटिशन भी बढ़ जाना है, तो यूनिवर्सिटी की फीसिस भी बहुत ज़्यादा ने तो उन्होंने डर रहा है कि कल जो मेरा रिफ्यूजल आ गया, एम्बेसी फीस भी बहुत ज़्यादा है तो वो अपनी खराब हो सकती है, फंड भी आप बहुत महीने रखने पैंते हैं, पुराने करने पैंते, तो बहुत लॉस जोड़ा है वो बियर करना पेगा। तो उन्होंने बच्चे मैं कुछ आप कह सकते हैं पैकेज थोड़े लिए अवेलेबल है कि जे तुसी रिस्क नहीं लेना चाहते, 1 रुपया भी थोड़ा खराब जान तो बिल्कुल भी असी थोड़ा पैसा खराब नहीं जान देंगे, क्योंकि मेन जो सानू डर होंगे सरकारी खर्चे का ही होंगे कि एम्बेसी फीस ना खराब हो जाए, जेडे फंड असी ले दे के फड़े हैं किसी तो ब्याज से लेते वो ना खराब हो जान, तो कंपनी थोड़ा ये जोड़ा सरकारी खर्चा है या फंड का खर्चा वो बीयर करने रेडी है, क्योंकि असी इतने थोड़े सपने पूरे करने लिए बैठे हैं, थोड़ी जो वधिया प्रोफाइल है वीजा प्रोफाइल है बिल्कुल असी तुहाडे नाम का रिस्क लौंगे ते तुहानू वीजा देवांगे। सो तुसी साडे नाल पैकेज भी कर सकते हो जिद भी तुहानू 1 रुपए का भी लॉस बीयर ना करना पड़े। जी सो हो जानकारी लिए तुसी इस नंबर ते कॉल जरूर कर सकते हो। सो बहुत बहुत थैंक्स कीर्ति, आ तुसी ऑस्ट्रेलिया बारे रीअप्लाई जिहड़ा करना चाहुंदे ने आफ्टर रिफ्यूजल उन्होंने काफ़ी अच्छी जानकारी दिती है। सो जल्दी ही एक होर इनफॉर्मेटिव वीडियो के नाल तुहाडे सामने हाजिर होवांगे, फिलहाल ही दिओ जी इजाजत, सत श्री अकाल।